जवाब दिंदी है बड़ी चेतर आ बोलण दी तां उहनूं लोड़ ही नहीं। मां दी ना पूरी सिखाई होई आ वी सस नूं किवें जवाब देना, उह तां पूरी 12 ताली आ। दुखी दुखी तां मम्मी मैं आया पियांगा। शैली ओ शैली। हां जी की हो गया? ਹੁਣ ਦੱਸ ਮੰਮੀ, ਐਵੇਂ ਨਿੱਕੀ ਜਿਹੀ ਗੱਲ ਪਿੱਛੇ ਤੈਨੇ ਰੋਲਾ ਪਾ ਰੱਖਿਆ ਸੀਗਾ? ਡੇਰੇ ਸਾਹਮਣੇ ਤਾਂ ਆਪਦੇ ਨੰਬਰ ਬਣਾਉਂਦੀ ਐ ਤੇ ਮੈਨੂੰ ਬੁਰੀ ਪਾਉਂਦੀ ਐ। ਬਸ ਲੜਨ ਦਾ ਬਹਾਨਾ ਹੀ ਚਾਹੀਦਾ ਮੰਮੀ ਨੂੰ ਤਾਂ ਰੋਜ਼ ਰੋਜ਼ ਰੋਜ਼। ਦੱਸ ਤੇਰੇ ਪਿਓ ਨੂੰ ਤੂੰ ਮੇਰੇ ਕੱਪੜੇ ਕਿਉਂ ਨਹੀਂ ਧੋਂਦੀ? ਉਹ ਤਾਂ ਤੂੰ ਧੋਂਦੀ ਨਹੀਂ, ਇਹ ਧੋਂਦੀ ਨਹੀਂ। ਡੈਡੀ ਜੀ ਮੈਂ ਨਾ ਪਹਿਲਾਂ ਰਾਜ ਦੇ ਕੱਪੜੇ ਧੋਣੀ ਆ ਕਿਉਂਕਿ ਉਹ ਸਾਫ਼ ਸੁਥਰੇ ਹੁੰਦੇ ਨੇ ਤੇ ਬਾਕੀ ਸਾਰੇ ਟੱਬਰ ਦੇ ਮੈਂ ਬਾਅਦ ਚੋਂ ਧੋਣੀ ਆ ਕੱਪੜੇ। ਕਿਉਂ ਹੁਣ ਦੱਸ, ਇਹ ਸੱਚ ਕਹਿੰਦੀ ਆ? ਬਹੁਤ ਚਤਰ ਆ, ਰਾਜ ਮੂਰੇ ਤੇ ਨਾ ਇਹ ਸੱਚੀ ਬਣ ਜਾਂਦੀ ਆ ਤੇ ਮੈਨੂੰ ਸਭ ਦੇ ਮੂਹਰੇ ਝੂਠੀ ਪਾ ਦਿੰਦੀ। ਤੂੰ ਸੁਧਰ ਜਾ ਨਾ ਪੰਗੇ ਲਿਆ ਕਰ। ਤੇਰੀ ਜਨਾਨੀ ਨੇ ਤਾਂ ਮੈਨੂੰ ਤਪਾ ਰੱਖਿਆ, ਸਾਰਾ ਦਿਨ ਤਾਂ ਉਹ ਆਪਦੀ ਮਨਮਰਜ਼ੀ ਕਰਦੀ ਆ। ਮੈਂ ਕਾਦੀ ਮਨਮਰਜ਼ੀ ਕਰਦੀ ਆ ਉਹ? ਵਾਹ ਉਹ ਪੁੱਤਰਾ, ਆਹੀ ਕੁਝ ਦੇਖਣਾ ਰਹਿ ਗਿਆ ਸੀ? ਤੀਵੀ ਦਾ ਗੁਲਾਮ ਨਾ ਹੋਵੇ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ। ਨੀ ਆਪਾਂ ਤਾਂ ਕਿੰਨਾ ਚਿਰ ਹੋ ਗਿਆ ਪੁੱਤ ਮਿਲੀਆਂ ਨੂੰ। ਮੰਮੀ ਤਾਂ ਹੀ ਤਾਂ ਮੈਂ ਆ ਗਈ। ਹੋਰ ਪੁੱਤ ਤਕੜੀਆਂ, ਘਰ ਬਾਰ ਠੀਕ ਆ? ਹਾਂਜੀ ਡੈਡੀ ਸਭ ਠੀਕ ਆ। ਮੰਮੀ ਭਾਬੀ ਕਿੱਥੇ ਆ? ਕਿਤੇ ਦੀਦੀ ਨੀ? ਇੱਥੇ ਹੀ ਆ, ਉਹਨੇ ਕਿੱਥੇ ਜਾਣਾ? ਕੰਮ ਤਾਂ ਕੋਈ ਕਰਦੀ ਨੀ, ਵਿਹਲੀ ਫਿਰਦੀ ਰਹਿੰਦੀ ਆ। ਫੇਰ ਹੋ ਗਈ ਸ਼ੁਰੂ, ਕੱਲ ਸ਼ੈਲੀ ਨਾਲ ਲੜੀ ਗਈ, ਅੱਜ ਰਾਜ ਨਾਲ ਲੜੀ ਜਾਂਦੇ, ਤੇ ਹੋਰ ਕੋਈ ਕੰਮ ਹੀ ਨਹੀਂ ਹੈਗਾ। ਦੇਖ ਕਿਵੇਂ ਦੇਖਦੀ ਆ ਬੇਟਾ ਬੇਟਾ। ਉਹ ਤੁਹਾਨੂੰ ਤਾਂ ਮੈਂ ਹੀ ਮਾੜੀ ਲੱਗਦੀ ਆ, ਤੁਹਾਡੀ ਨੂੰਹ ਸਿਆਣੀ ਆ ਨਾ ਜਿਹੜੀ ਹਜੇ ਤੱਕ ਪਾਣੀ ਦਾ ਗਲਾਸ ਨਹੀਂ ਲੈ ਕੇ ਆਈ। ਮੇਰੀ ਧੀ ਕਦੋਂ ਦੀ ਆਈ ਹੋਈ ਆ? ਤੂੰ ਹੀ ਵਿਚਾਰੀ ਦੇ ਮਗਰ ਪਈ ਰਹਿਣੀ ਆ, ਉਹ ਸੋਈ ਸੋਈ ਕੰਮ ਕਰਦੇ ਹੋ, ਉਹਨੂੰ ਨਹੀਂ ਪਤਾ ਲੱਗਿਆ ਹੁੰਦਾ ਵੀ ਰੋਜੀ ਆਈ ਹੋਈ ਆ। ਆਹੋ ਉਹਨੂੰ ਕਾਹਨੂੰ ਪਤਾ ਲੱਗਣਾ ਵਾ, ਹੋਰਾਂ ਕਿਤੇ ਤੁਹਾਡਾ ਘਰ ਆ, ਗਾਹਾਂ ਕੀ ਤੁਸੀਂ ਮਹਿਲ ਪਾਇਆ ਹੋਇਆ? ਜਿਹੜਾ ਉਹਨੂੰ ਪਤਾ ਨਹੀਂ ਲੱਗਿਆ, ਹਰੇਕ ਗੱਲ 'ਚ ਤੁਸੀਂ ਉਹਦਾ ਸਾਥ ਦਿੰਦੇ ਆ, ਉਹਦੀ ਤਾਂ ਮਾਤੀ ਇੰਨੀ ਕਾ ਜਿੰਨੀ ਕੋ ਵਰਤ ਲੈਂਦੀ ਹੈ। ਮੰਮੀ ਤੁਸੀਂ ਭਾਬੀ ਪਿੱਛੇ ਕਾਹ ਤੋਂ ਲੜੀ ਜਾਂਦੇ ਹੋ ਆਪਸ 'ਚ? ਇਹ ਕੱਪੀ ਜਨਾਨੀ ਆ। ਦੀਦੀ ਤੁਸੀਂ ਤੁਸੀਂ ਕਦੋਂ ਆਏ? ਕੋਈ ਫੋਨ ਵੀ ਨਹੀਂ ਕੀਤਾ ਤੁਸੀਂ ਆਉਣ ਦਾ। ਕੀ ਗੱਲ, ਮੈਂ ਆਪਣੇ ਘਰੇ ਵੀ ਨਹੀਂ ਆ ਸਕਦੀ? ਆਪਣੇ ਘਰ ਆਉਣ ਵਾਸਤੇ ਵੀ ਪਹਿਲਾਂ ਮੈਨੂੰ ਫੋਨ ਕਰਨਾ ਪਿਆ ਕਰਨਾ? ਨਹੀਂ ਦੀਦੀ, ਮੈਂ ਤਾਂ ਐਂ ਕਹਿੰਦੀ ਸੀ ਵੀ ਤੁਸੀਂ ਬੱਸ 'ਚ ਔਖੇ ਆਏ ਹੋਵੋਗੇ, ਉਹੀ ਤੁਹਾਡਾ ਬੀੜਾ ਤੁਹਾਨੂੰ ਜਾ ਕੇ ਲੈ ਆਉਂਦਾ। ਮਾਰਦੀ ਹੈ ਗੱਲਾਂ, ਮੇਰੇ ਕਿਸੇ ਨੇ ਤਾਂ ਇੱਕ ਵਾਰ ਵੀ ਨਹੀਂ ਰੁਕਿਆ ਰਾਜ, ਮੈਂ ਨਾਲੇ ਕਿਹਾ ਸੀ ਵੀ ਕੁੜੀ ਨੇ ਘਰੇ ਆਉਣਾ ਪਰ ਉਹਨੇ ਨਾ ਮੇਰੀ ਇੱਕ ਨਹੀਂ ਸੁਣੀ। ਮੰਮੀ ਬੀਰਾ ਪਹਿਲਾਂ ਮੇਰਾ ਕਿੰਨਾ ਕਰਦਾ ਸੀ, ਪਤਾ ਨਹੀਂ ਇਹਨੇ ਕੀ ਉਹਦੇ ਸਿਰ 'ਚ ਘੋਲ ਕੇ ਪਾਤਾ, ਹੁਣ ਤਾਂ ਉਹਨੂੰ ਮੇਰਾ ਭੋਰਾ ਪਿਆਰ ਨਹੀਂ ਆਉਂਦਾ। ਹਾਂ ਪੁੱਤ ਤੂੰ ਕਹਿੰਦੀ ਤਾਂ ਸਹੀ ਆ, ਹੁਣ ਤਾਂ ਨਾ ਰਾਜ ਮੇਰੀ ਵੀ ਨਹੀਂ ਸੁਣਦਾ। ਗੱਲ ਸੁਣ ਕੁੜੀਏ, ਤੂੰ ਇੱਕ ਦਿਨ ਵਾਸਤੇ ਆਈ ਆ, ਆਪਦੀ ਮਾਂ ਦੇ ਮਗਰ ਲੱਗ ਕੇ ਇਹਨਾਂ ਨਾਲ ਵਿਗਾੜ ਨਾ ਪਾਲੀ। ਡੈਡੀ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ, ਤੁਸੀਂ ਨਾ ਇਹ ਬੋਲੋ ਨਾ ਤਾਂ ਚੰਗਾ। ਆਹੋ ਜਿਹੜੀ ਗੱਲ ਆ ਨਾ ਉਹ ਤਾਂ ਤੁਸੀਂ ਕਰਨੀ ਨਹੀਂ, ਜਾਓ ਜਾ ਕੇ ਆਪਦਾ ਦੂਜੇ ਕਮਰੇ 'ਚ ਟੈਲੀਵਿਜ਼ਨ ਦੇਖੋ। ਤੁਸੀਂ ਨਾ ਇਸ ਘਰ 'ਚੋਂ ਕਲੇਸ਼ ਮੁੱਕਣ ਦੇ ਹੋ, ਪਤਾ ਨਹੀਂ ਕੀ ਮਿਲਦਾ ਕਲੇਸ਼ ਕਰਕੇ, ਫਿਰ ਕਹਿੰਦੀਆਂ ਬਹੂਆਂ ਬੋਲਦੀਆਂ ਨੇ। ਬਹੂਆਂ ਤਾਂ ਬੋਲਣਾ ਹੀ ਆ, ਜੋ ਤੇ ਵਰਗੀਆਂ ਬੋਲਣ ਦੇ ਮਜਬੂਰ ਕਰਦੀਆਂ ਨੇ। ਤੁਹਾਡੇ ਵਰਗੀਆਂ ਦੀ ਸ਼ਹਿਦ ਹੀ ਬੋਲਦੀਆਂ ਨੇ, ਨਹੀਂ ਤੂੰ ਇੱਥੇ ਖੜੀ ਕੀ ਕਰਦੀ ਆ, ਜਾ ਕੇ ਚਾਹ ਬਣਾ ਲੈ। ਮੰਮੀ ਕਮਾਲ ਆ, ਇਹਨੇ ਡੈਡੀ ਦੇ ਸਿਰ 'ਚ ਕੀ ਘੋਲ ਕੇ ਪਾਇਆ, ਜਿਹੜਾ ਡੈਡੀ ਇਹਦੀ ਬੋਲੀ ਬੋਲਦੇ ਨੇ। ਨਹੀਂ ਤਾਂ ਹੀ ਤਾਂ ਤੈਨੂੰ ਬੁਲਾਇਆ, ਇਹਨੇ ਤਾਂ ਘਰ ਦਾ ਮਾਹੌਲ ਹੀ ਖਰਾਬ ਕੀਤਾ ਪਿਆ। ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ, ਹੁਣ ਮੈਂ ਆ ਗਈ ਨਾ ਇਹਨੂੰ ਤਾਂ ਮੈਂ ਸੁਧਾਰ ਕੇ ਫੇਰ ਇਹ ਜਾਊਂ। ਆ ਲੋ ਦੀਦੀ ਚਾਹ। ਨਹੀਂ ਤੈਨੂੰ ਇੰਨੀ ਅਕਲ ਨਹੀਂ ਹੈਗੀ ਵੀ ਪਹਿਲਾਂ ਆਏਗਾ ਇਹਨੂੰ ਪਾਣੀ ਪੁੱਛੀਦਾ, ਤੂੰ ਤਾਂ ਸਿੱਧੀ ਲਿਆ ਕੇ ਚਾਹ ਮੱਥੇ ਮਾਰੀ। ਮੰਮੀ ਮੈਨੂੰ ਤਾਂ ਐਂ ਸੀ ਵੀ ਦੀਦੀ ਨੂੰ ਪਾਣੀ ਤਾਂ ਤੁਸੀਂ ਪਿਆਤਾ ਹੋਣਾ ਤਾਂ ਕਰਕੇ ਮੈਂ ਚਾਹ ਬਣਾ ਲਈ ਸਿੱਧੀ। ਭਾਬੀ ਤੈਨੂੰ ਸ਼ਰਮ ਨਹੀਂ ਆਉਂਦੀ? ਆ ਉਮਰੇ ਤੂੰ ਮੇਰੀ ਮੰਮੀ ਤੋਂ ਕੰਮ ਭਾਲਦੀ ਆ। ਦੀਦੀ ਮੈਂ ਤਾਂ ਮੰਮੀ ਨੂੰ ਕੋਈ ਕੰਮ ਕਿਹਾ ਹੀ ਨਹੀਂ, ਸਾਰੇ ਕੰਮ ਤਾਂ ਮੈਂ ਆਪ ਹੀ ਕਰਦੀ ਆ, ਮੈਂ ਤਾਂ ਮੰਮੀ ਤੋਂ ਕਦੇ ਕੋਈ ਕੰਮ ਨਹੀਂ ਕਰਵਾਇਆ। ਵਾਹ ਭਾਬੀ, ਊਂ ਤਾਂ ਤੂੰ ਕਹਿੰਦੀ ਵੀ ਮੰਮੀ ਤੋਂ ਕੋਈ ਕੰਮ ਨਹੀਂ ਕਰਾਉਂਦੀ, ਆ ਮੇਰੇ ਸਾਹਮਣੇ ਤਾਂ ਹੁਣੇ ਹੁਣੇ ਆਰਡਰ ਮਾਰ ਕੇ ਹਟੀ ਆ ਵੀ ਪਾਣੀ ਤੁਸੀਂ ਫੜਾ ਦਿੰਦੇ। ਨਹੀਂ ਦੀਦੀ ਮੈਂ ਤਾਂ ਇੱਕ ਵੈਸੇ ਗੱਲ ਕੀਤੀ ਆ, ਮੈਂ ਕੋਈ ਆਰਡਰ ਥੋੜੀ ਮਾਰਿਆ। ਰਹਿਣ ਦੇ ਤੂੰ, ਮੈਂ ਸਾਰਾ ਹੀ ਦੇਖ ਲਿਆ, ਤੂੰ ਕਿੱਡੀ ਚਲਾਕ ਆ, ਨਾਲੇ ਤਾਂ ਗੱਲ ਕਹਿ ਵੀ ਦਿੰਨੀ ਆ ਤੇ ਨਾਲੇ ਮਿੰਟ 'ਚ ਦੀ ਮੁੱਕਰ ਵੀ ਜਾਨੀ ਆ। ਨਾ ਮੈਂ ਕੋਈ ਗਲਤ ਗੱਲ ਕਹੀ ਆ ਤੇ ਨਾ ਮੈਂ ਆਪਣੀ ਕਿਸੇ ਕਹੀ ਹੋਈ ਗੱਲ ਤੋਂ ਮੁੱਕਰਦੀ ਆ, ਇੱਕ ਪਾਣੀ ਦੀ ਹੋਈ ਗੱਲ ਆ ਮੈਂ ਹੁਣੇ ਲਿਆ ਦਿੰਨੀ ਆ। ਤੇਜ਼ ਆ ਇਹ,
मम्मी ए नहीं थो तो लोट आंदी, एनू तो मैं ही लोट करूं। मैं आई तो एक रात लई सी, पर मैं हुण इत्थे एक हफ्ता रह के जाऊं। एनू तो टिंडी वाले बी ते ना चढ़ाता ना, तो यह मैनू की जाणू। मम्मी मम्मी नहीं, तू इत्थे बैठी की करदी है तेरी भाभी दे कमरे च? मैं भाभी दे कमरे च की करदी हां? ओ तुसी छड्डो, पहला तुसी इत्थे बैठ के देखो किन्ना मजा आउंदा। ठंडा ठंडा कूल कूल पिया कमरा। हां कमरा तां बथेरा ठंडा, नहीं तां तेरी भाभी दे कमरे च बैठी की करदी है? चल उठ मेरे कमरे च चलदे आपां। नहीं मम्मी मैं नहीं उधर बैठना, अज तां मैं इधर ही बैठू एसी वाले कमरे च, ते तुसी भी ना चुप करके मेरे कोल इधर ही बैठ जाओ। पुत जे आपां इत्थे बैठ गईआं ते आपां गल्लां किवें करांगे? ये तो अपनी सारिया गल्लां सुन लू। मम्मी आए कि मैं वो अपनी गल्लां सुन लू, जे मैं उन्हें टिक्के बैठन दूंगी ता ही आ। नहीं ऐह जे तू की करेंगी, तू मैनू तो दस दे। मम्मी तुसी ए ता मेरे ते छड़ दो, बस थोनू जिमें जिमें मैं कही जानी हाँ तुसी ओमे ओमे करी चलो, ते हुण तुसी ना आराम करो। ਦੋ ਕੁ ਕੱਪੜੇ ਨੇ, ਜਲਦੀ ਜਲਦੀ ਮੰਗ ਦਿੰਦੀ ਹਾਂ, ਫਿਰ ਰਸੋਈ ਦੇ ਵੀ ਕੰਮ ਕਰਨ ਵਾਲੇ ਨੇ। मम्मी का सूट फट गया, हुण मम्मी पता नहीं मैनू की बोलणगे। मम्मी मैं देख के आउनी आ मैडम की करदी आ, किते बेली हो या फिरदी होवे। मैगा सूट पाड़ता। मम्मी मम्मी रोजी का आका मारी जाती है, उठ के देखा तो सही की गल होगी। दीदी मैं जान के नहीं पा रहा, मैं तो आराम नाल मार रही सी, मलदे मलदे पता नहीं किवें फट गया। मैं ला लेना इहदा कपड़ा ही बोधा होगा। काम तेनू आप नू नहीं करना आउंदा ते नुक्स तू कपड़े च कढ़न लगी हुई आ। हाय नी कुडरे आ की कीता ते, इन्ना महंगा सूट पाड़ता मेरा। नहीं तेरी मां ने तेनू कुछ सिखा के नहीं भेजिया? ए सूट ता मेरा ड्राई क्लीन आला सी, तू के मैं थापियां ने कुट कुट के धोन लग गई इनू। मम्मी मेनू नहीं पता सी भी ए ड्राई क्लीन वाला सूट आ, मैं ता हाथ नाल इनू पोला पोला ही मल रही सी, पता नहीं ए किवें फट गया। देख लो मम्मी इनू ता कपड़े दा ही नहीं पता भी केड़ा कपड़ा ड्राई क्लीन वाला ते केड़ा कपड़ा घरे धोण वाला, ते हजे वीरा कहना इनू महाराणी नू कुछ कहो ना। नहीं तेरे वीरे ने ते सिर चढ़ाई हुई है, ये ताही ता ये आ कार्य करदी है। हद हो गई इन्नी लापरवाही। मम्मी आ लैण दे अज वीरे नू, एदियां करतूतां दा मैं दसूंगी। ਸਗੋਂ ਕਹਿੰਦੀ ਰਹਿੰਦੀ ਹੈ ਵੀ ਆਪਾਂ ਚੱਲ ਕੇ ਆਈਏ, ਪਰ ਕੰਮ ਚੋਂ ਨਹੀਂ ਨਿਕਲ ਹੁੰਦਾ।
चल वधिया हो गया हुण तू भी आ गई तेरे ना हुण मुंह ते गल होगी जिहड़ी भी करनी है तेरे ना तेरी यह बेचारी ने मेरा इन्ना महंगा सूट ना पाड़ता सूट पाड़ता किवें नहीं जी मैं ना जान के नहीं पाड़िया मैं तो ना धो रही सी पता नहीं किवें अपने आप फट गया मम्मी ऐ तो गलती नाल फट गया एदे विच एदा कोई कसूर नहीं वाह वीरे जे एदा कसूर नहीं ना होर फिर कसूर मम्मी दा तू ना इहनूं भाभी नूं बड़ा सिर ना चढ़ा थोड़ा जिहा मम्मी दा भी ख्याल कर लिया कर तू तो भाभी वाल दी वी गल करदा तुसीं तां सिद्धी भाभी वाल दी गल करदे हो कदे अपनी मां बारे भी सोच लिया करो बस मम्मी रोवो ना ओ शैली तू थोड़ा जा कम ध्यान नाल कर लिया कर एवी लांबे दवाउणी रहनी है हुण तुसीं वी मैनूं बोलण लग गए मैं कही तां जांदी आ मैं जाण के नहीं कीता गलती नाल फट गया बाली ना बहस ना करया कर जिहड़ा कम करदी हुंदी ना ध्यान नाल करया कर फाहा ना वड्डिया कर हुण जाके मैनूं चाह बना के लिया दे मम्मी हुण नहीं ओह कोई गलती करदी मैं उहनूं चंगी तरह समझा दिंदा मम्मी तीली तां मैं लाती बस अग मचनी बाकी आ स्वाद तां मैनूं ओदण आऊ जदों ना राजे ते खिच के गिच्ची जी दो तीन मारू फिर मेरा कलेजा करना कोई नहीं मम्मी ओ दिन भी बहुत छेती आऊ बस तुसी वेट करो ओ कहंदे हुंदे आ ना कि सबर दा फल मिठा हुंदा मम्मी अग तां मैं लाती बस तिली मचनी बाकी आ